ਤੁਹਾਡਾ AC ਜੀ ਬਿਨਾ ਬਿਜਲੀ ਤੋਂ ਚੱਲੂਗਾ ਏਡਾ ਤਕੜਾ ਜਿਗਾਰਡ ਕਰਾਂਗੇ ਜਿੰਨੀ ਕਿ ਲਾਈਟਾਂ ਛੋਟੀ ਪੱਖੀ ਖਾਂਦੀ ਐਨਾਂ ਕਿ ਤੁਹਾਡਾ AC ਖਾਊਗਾ ਕਰਨਾ ਕੀ ਆਪਾਂ ਨੂੰ ਆ ਪਲਾਸਟਿਕ ਦੀਆਂ ਪਾਈਪਾਂ ਚਾਹੀਦੀਆਂ ਨੇ ਟੁੱਟੀ ਫੀਟਿੰਗਾਂ ਵਾਲੀਆਂ ਇਸ ਤਰੀਕੇ ਦੀਆਂ ਜਿਹੜੇ ਸਾਹ ਨਾਲ ਆਪਾਂ ਢਾਂਚਾ ਸੱਚਾ ਤਿਆਰ ਕਰਾਂਗੇ ਉਸੇ ਤਰੀਕੇ ਨਾਲ ਤੁਸੀਂ ਕਰ ਲਓ ਬਾਲਾ ਜਿਆਦੇ ਜ਼ਬਰਦਸਤ ਜਿਗਾਰਡ ਹੈ ਜੀ ਪਾਈਪਾਂ ਦੀ ਮਿੰਨਤੀ ਕਰਕੇ ਇਹਨਾਂ ਨੂੰ ਇੱਕ ਬਰਾਬਰ ਕਰ ਲੈਣਾ ਆਪਾਂ ਨੇ ਇਸ ਤੋਂ ਬਾਅਦ ਆਪਾਂ ਨੂੰ ਚਾਹੀਦੀਆਂ ਨੇ ਐਲਬੋਆਂ ਆਪਾਂ ਦੋ ਤਰੀਕੇ ਦੇ 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 ਵੀ ਢਾਂਚੇ ਸੱਚੇ ਤਿਆਰ ਕਰਾਂਗੇ ਜਿਵੇਂ ਆਪਾਂ ਕਰਾਂਗੇ ਉਸੇ ਤਰੀਕੇ ਦੇ ਤੁਸੀਂ ਕਰ ਲਿਓ ਦੇਖ ਕੋਈ ਉਹ ਤੇ ਤੁਹਾਡਾ ਖਰਚਾ ਨਹੀਂ ਆਊਗਾ ਬਿਜਲੀ ਦਾ ਤੁਸੀਂ ਆਪ ਮੰਨੋਗੇ ਵੀ ਵਾਕੇ ਯਾਰ ਸਾਡਾ ਏਸੀ ਜਿਹੜਾ ਉਹ ਬਿਨਾਂ ਬਿਜਲੀ ਤੋਂ ਚੱਲ ਰਿਹਾ ਹੈ ਨਹੀਂ ਤਾਂ ਲੋਕਾਂ ਨੂੰ 10 10 15 15000 ਰੁਪਿਆ ਬਿੱਲ ਆ ਜਾਂਦਾ ਇਸ ਤਰੀਕੇ ਦੇ ਦੋ ਆਪਾਂ ਨੇ ਢਾਂਚੇ ਸंचे ਤਿਆਰ ਕਰ ਲੈਣੇ ਨੇ ਬਾਕੀ ਜਦੋਂ ਤੁਸੀਂ ਵੀਡੀਓ ਐਂਡ ਤੱਕ ਦੇਖ ਲਈ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਇਹ ਜਿਗਾਰਡ ਕਰਿਆ ਕੀ ਹੈ ਤੁਹਾਡਾ ਏਸੀ ਉਹੀ ਏਸੀ ਬਿਲਕੁਲ ਘੱਟ ਲਾਈਟ ਤੇ ਚੱਲੂਗਾ ਬਿਲਕੁਲ ਘੱਟ ਤੇ ਜੀ ਇਸ ਤਰੀਕੇ ਨਾਲ ਦੋਨੇ ਪਾਸਿਓਂ ਕਵਰ ਕਰ ਲੈਣਾ ਇਹਨਾਂ ਨੂੰ ਆਪਾਂ ਨੇ ਆਪਣਾ ਜਿਹੜਾ ਫੂਸ ਹੁੰਦਾ ਹੈ ਕੁਲਰ ਵਾਲਾ ਇਹ ਆਪਾਂ ਵਿੱਚ ਰੱਖ ਕੇ ਦੋਨੇ ਆਪਾਂ ਕੋਈ ਚੱਕਰ ਨਹੀਂ ਬਸ ਇਸ ਤਰੀਕੇ ਦਾ ਆਪਾਂ ਨੇ ਢਾਂਚਾ ਸੱਚਾ ਤਿਆਰ ਕਰਨਾ ਇਸ ਤੋਂ ਬਾਅਦ ਜਿਹੜਾ ਇਹਦਾ ਐਕਸਟਰਾ ਹਿੱਸਾ ਇਹਨੂੰ ਆਪਾਂ ਨੇ ਕੱਟ ਦੇਣਾ ਜਿਹੜਾ ਆਪਣਾ ਕੂਲਰ ਦੇ ਵਿੱਚ ਫੂਸ ਪੈਂਦਾ ਹੁੰਦਾ ਹੈ ਇਹਦਾ ਐਕਸਟਰਾ ਪਾਰਟ ਇਹਨੂੰ ਆਪਾਂ ਕੱਢ ਕੇ ਅਲੱਗ ਰੱਖ ਦਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਤੁਹਾਡਾ ਜਿਹੜਾ AC ਉਹ ਬਿਲਕੁਲ ਮੁਫਤ ਦੇ ਵਿੱਚ ਚੱਲੂ ਬਿਨਾਂ ਬਿਜਲੀ ਤੋਂ ਚੱਲੂਗਾ ਟਾਈਆਂ ਨਾਲ ਆਪਾਂ ਨੇ ਫੁੱਲ ਫਿੱਟ ਕਰ ਲਿਆ ਇਸ ਤੋਂ ਬਾਅਦ ਆਪਾਂ ਨੂੰ ਕੋਈ ਪੁਰਾਣਾ ਟੇਬਲ ਚਾਹੀਦਾ ਬਿਲਕੁਲ ਪੁਰਾਣਾ ਇਹਨਾਂ ਦੇ ਸਾਈਜ਼ ਦਾ ਹੀ ਟੇਬਲ ਇਹ ਤੇ ਤੁਸੀਂ ਵੀ ਕੋਈ ਪੁਰਾਣਾ ਟੇਬਲ ਲਏ ਹੋ ਇਸ ਤਰੀਕੇ ਨਾਲ ਕੱਟ ਕੇ ਇਹਨੂੰ ਇਹਦੇ ਉੱਤੇ ਫਿੱਟ ਕਰਾਂਗੇ ਜੀ ਆਪਾਂ ਹੁਣ ਜਿਹੜਾ ਜਾਲ ਹੈ ਜਿਹੜਾ ਆਪਣਾ ਫੂਸ ਹੈ ਇਹਦੇ ਉੱਤੇ ਆਪਾਂ ਨੇ ਆ ਪਾਈਪ ਫਿੱਟ ਕਰਤੀ ਪਾਈਪ ਦੇ ਵਿੱਚ ਆਪਾਂ ਨੇ ਸਾਰੀ ਚਸਰਾਖ ਕੱਢੇ ਹੋਏ ਨੇ ਹੁਣ ਆਪਾਂ ਏਸੀ ਤੇ ਪਹੁੰਚ ਗਏ ਜੀ ਇੱਥੇ ਠੀਕ ਹੈ ਆਪਣਾ ਜਿਹੜਾ ਉੱਪਰਲਾ ਪੱਖਾ ਹੁੰਦਾ ਹੈ ਜਿਹੜਾ ਆਪਾਂ ਨੂੰ 쿨ਿੰਗ ਕਰਕੇ ਦਿੰਦਾ ਹੈ ਠੇਠਾਂਲੇ ਪਾਸੇ ਜਿਹਦੇ ਵਿੱਚ ਗੈਸ ਹੁੰਦੀ ਹੈ ਇਧਰਲੇ ਪਾਸੇ ਆਪਾਂ ਨੇ ਲਾ ਦੇਣਾ ਜਿਹੜੀ ਤੁਹਾਡੀ ਗੈਸ ਏਸੀ ਦੀ ਉਹ ਬਿਲਕੁਲ ਠੰਡੀ ਰਹੂਗੀ ਤੇ ਤੁਹਾਡਾ ਜਿਹੜਾ ਏਸੀ ਹੈ ਉਹ ਬਿਲਕੁਲ ਘੱਟ ਸਮੇਂ ਦੇ ਵਿੱਚ ਤੁਹਾ ਰਿਓ ਬਹੁਤ ਛੇਤੀ ਠੰਡਾ ਕਰ ਦੂਗਾ ਇਸੀ ਜਿੱਥੇ ਤੁਹਾਡਾ ਏ ਸੀ ਮੰਨ ਕੇ ਚੱਲੋ ਵੀ 10 ਜੁਨਟਾਂ ਖਾਂਦਾ ਰਾਤ ਦੀਆਂ ਉੱਥੇ ਤੁਹਾਡਾ AC ਸਿਰਫ 4 ਜੁਨਟਾਂ ਖਾਊਗਾ 4 ਜੁਨਟਾਂ ਨੂੰ ਤੁਸੀਂ ਗੁਣਾ ਮਾਰ ਲਓ 120 ਜੁਨਟਾਂ ਤੇ ਪੂਰੇ 240 ਜੁਨਟਾਂ ਹੋ ਗਿਆ 2 ਮਹੀਨੇ ਦੀਆਂ 600 ਜੁਨਟ ਆਪਾਂ ਨੂੰ ਫਰੀ ਆਉਂਦੀ ਹੈ 240 ਚ ਤੁਹਾਡਾ AC 24 ਘੰਟੇ ਚੱਲੂਗਾ ਆਹ ਹੇਠਾਂ ਵਾਲਾ ਟਾਪ ਆਪਾਂ ਇਸ ਤਰੀਕੇ ਨਾਲ ਭਰ ਦੇਣਾ ਪਾਣੀ ਦਾ ਤੇ ਉਹਨੂੰ ਆਪਾਂ ਨੇ ਉਧਰਲੇ ਪਾਸੇ ਕਰਤਾ ਜੀ ਫਿੱਟ ਉਹ ਫੂਸ ਦੇ ਹੇਠਾ ਹੁਣ ਇਧਰਲੇ ਪਾਸੋਂ ਆਪਣਾ ਜਿਹੜਾ ਪਾਣੀ ਹੈ ਜਾਈ ਜਾਊਗਾ ਤੇ ਆਹ ਇਧਰਲੇ ਆਪਣੇ ਫੂਸ ਨੂੰ ਪੂਰਾ ਠੰਡਾ ਰੱਖੂਗਾ ਤੇ ਪਿਛਲੇ ਪਾਸੋਂ ਜਿਹੜਾ ਆਪਣਾ ਉੱਪਰਲੇ ਪਾਸੇ ਲੱਗ ਖੰਡੀ ਰਹੂਗੀ ਆਪਣਾ ਏਸੀ ਹੈ ਜਿਹੜਾ ਉਹ 5 ਮਿੰਟਾਂ ਦੇ ਵਿੱਚ ਰੂਮ ਨੂੰ ਠੰਡਾ ਕਰ ਦੂਗਾ ਉਸ ਤੋਂ ਬਾਅਦ ਇਹ ਘੱਟ ਮਾਰ ਕੇ ਬੰਦ ਹੋ ਜਾਊਗਾ ਸਭ ਤੋਂ ਵੱਧ ਜਿਹੜੀ ਲਾਈਟ ਹੈ ਉੱਪਰਲਾ ਪੱਖਾ ਹੀ ਖੰਦਾ ਜੀ ਸਾਰਾ ਕੁਝ ਉੱਪਰਲੇ ਪੱਖੇ ਦੇ ਵਿੱਚ ਹੀ ਹੁੰਦਾ ਹੈ ਸਾਰੀ ਗੈਸ ਇਹਦੇ ਵਿੱਚ ਹੁੰਦੀ ਹੈ ਇੱਥੋਂ ਹੀ ਗੈਸ ਠੰਡੀ ਹੋ ਕੇ ਜਾਂਦੀ ਹੈ ਇਹ ਟਾਂ ਤਾਂ ਹੀ ਆਪਣਾ ਜਿਹੜਾ ਰੂਮ ਦਾ ਟੈਂਪਰੇਚਰ ਹੈ ਉਹ ਸਹੀ ਮੇਨਟੇਨ ਰਹਿੰਦਾ ਹੈ ਐਸ ਕਰਕੇ ਤੁਸੀਂ ਆ ਜਿਗਾੜ ਕਰ ਲਓ ਬੜਾ ਜਿਆਦਾ ਕਾਮਯਾਬ ਜਿਗਾੜ ਹੈ ਆ ਤੁਸੀਂ ਦੇਖ ਲਓ ਵੀ ਠੰਡੀ ਠੰਡੀ ਹਵਾ ਬਿਲਕੁਲ ਠੰਡਾ ਰਹੂਗਾ ਇਹ ਉੱਪਰਲੇ ਪਾਸੋਂ ਤੇ ਆਪਣਾ ਇੰਨਾ ਕੀ ਆਪਣਾ ਪਾਣੀ ਲੱਗੂਗਾ ਤੇ ਆ ਤੁਸੀਂ ਦੇਖ ਲਓ ਵੀ ਕਿੱਡਾ ਕ ਜਿਗਾਰਡ ਜੇ ਤੁਸੀਂ ਵੀ ਆ ਜਿਗਾਰਡ ਕਰਨਾ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਐਸੀ ਬਹੁਤ ਘੱਟ ਲਾਈਟ ਖਾਵੇ 600 ਯੂਨਟ ਤੋਂ ਵੱਧ ਨਾ ਟੱਪੇ ਤਾਂ ਤੁਸੀਂ ਆ ਜਿਗਾਰਡ ਕਰ ਸਕਦੇ ਹੋ ਜੀ